ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਮੁਹੰਮਦ ਸਰਵਰ ਅਤੇ ਪ੍ਰੋਗਰਾਮ ਹੈ ਜੀ ਅਦਬ ਕਹਾਣੀਆਂ ਵਲੌਗ, ਜਿਹੜਾ ਕਿ ਮਿੰਨੀ ਪ੍ਰੋਡਕਸ਼ਨ ਸੁਸਾਇਟੀ ਦੇ ਤਾਬ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਅਤੇ ਜੀ ਸਾਡੇ ਇਸ ਪ੍ਰੋਗਰਾਮ ਦਾ ਫੋਰਮੈਟ ਕੁਝ ਇਸ ਤਰ੍ਹਾਂ ਹੈ ਕਿ ਤੁਹਾਨੂੰ ਪਤਾ ਹੋਏਗਾ ਕਿ ਅਸੀਂ ਇਹਦੇ ਵਿੱਚ ਪੰਜਾਬੀ, ਉਰਦੂ, ਇੰਗਲਿਸ਼ ਲਿਟਰੇਚਰ ਦੇ ਜਿਹੜੇ ਮੁਖਤਲਿਫ ਨਸਰ ਪਾਰੇ ਹੁੰਦੇ ਨੇ ਜਾਂ ਨਜ਼ਮਾਂ ਹੁੰਦੀਆਂ ਨੇ, ਗਜ਼ਲਾਂ ਹੁੰਦੀਆਂ ਨੇ, ਉਹਨਾਂ ਉੱਤੇ ਅਸੀਂ ਤਸਕਰਾ ਕਰਦੇ ਹਾਂ। ਅਤੇ ਅੱਜ ਵੀ ਅਸੀਂ ਇੱਕ ਐਸੇ ਸ਼ਾਇਰ ਦੀ ਲਿਖੀ ਇੱਕ ਐਸੀ ਨਜ਼ਮ ਦੇ ਉੱਤੇ ਗੱਲ ਕਰਾਂਗੇ ਜਿਹੜੀ ਕਿ ਅਸੀਂ ਬਹੁਤ ਅਰਸਾ ਪਹਿਲੇ ਆਪਣੇ ਐਸੇ ਚੈਨਲ ਦੇ ਜ਼ਰੀਏ ਰਿਕਾਰਡ ਕੀਤੀ ਔਰ ਉਹਨੂੰ ਪਬਲਿਸ਼ ਵੀ ਕੀਤਾ। ਅਤੇ ਮੈਂ ਬਿਲਾਲ ਸਾਹਿਬ ਨੂੰ ਬੈਠਿਆਂ ਬੈਠਿਆਂ ਕਹਿ ਰਿਹਾ ਸਾਂ ਕਿ ਅੱਜ ਕਿਉਂ ਨਾ ਦੁਬਾਰਾ ਤੋਂ ਉਹੀ ਨਜ਼ਮ ਜਿਹੜੀ ਹੈ ਸੁਣਾਈ ਜਾਏ। ਅਤੇ ਸਾਡੇ ਨਾਲ ਮੌਜੂਦ ਨੇ ਜੀ ਬਿਲਾਲ ਸਾਹਿਬ, ਅਤੇ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਸਾਬਰ ਅਲੀ ਸਾਬਰ ਸਾਹਿਬ ਦੀ ਉਹ ਜਿਹੜੀ ਸਿਲੈਕਟਡ ਨਜ਼ਮ ਹੈ ਜਿਹਦਾ ਨਾਮ ਖੁਦ ਹੀ ਦੱਸਣਗੇ, ਅਤੇ ਉਹ ਸੁਣਾਉਂਦੇ ਨੇ। ਓਵਰ ਟੂ ਬਿਲਾਲ ਜੀ। ਬਹੁਤ ਸ਼ੁਕਰੀਆ ਜੀ। ਜੀ ਸਰ, ਅਸੀਂ ਅਸਲ 'ਚ ਜੋ ਕਿ ਸ਼ੁਰੂ ਤੋਂ ਜਿਹੜਾ ਫਾਰਮੈਟ ਆਪਣੇ ਪ੍ਰੋਗਰਾਮ ਬਣਾ ਲਿਆ ਸੀ ਪੰਜਾਬੀ ਉਰਦੂ ਦਾ, ਜੀ ਉਹਦੇ 'ਚ ਅਸੀਂ ਪੰਜਾਬੀ ਖਾਸ ਤੌਰ 'ਤੇ ਜਿਹੜੀ ਨਾ ਸ਼ਾਇਰੀ ਸਾਬਰ ਅਲੀ ਸਾਬਰ ਦੀ ਸ਼ਾਮਿਲ ਕਰ ਲਈ ਜੀ। ਹਾਲਾਂਕਿ ਹੋਰ ਵੀ ਬਹੁਤ ਸਾਰੇ ਅੱਛੇ ਸ਼ਾਇਰ ਨੇ, ਅਤੇ ਬਿਲਖਸੂਸ ਸਾਡੇ ਕਿਉਂਕਿ ਬਹੁਤ ਹੀ ਫੇਵਰੇਟ ਹੋ ਗਏ ਉਹ, ਉਸ ਦੌਰ 'ਚ ਉਹ ਇੰਨੇ ਮਸ਼ਹੂਰ ਵੀ ਨਹੀਂ ਸਨ, ਲੇਕਿਨ ਅਸੀਂ ਉਸ ਦੌਰ 'ਚ ਉਹਨਾਂ ਦੀ ਰਿਕਾਰਡਿੰਗ ਕਰਦੇ ਸੀ। ਜੇਕਰ ਤੁਸੀਂ ਪੁਰਾਣੇ ਚੈਨਲ ਦੀ ਵੀਡੀਓ ਦੇਖੋ ਤਾਂ ਕੋਈ 5 ਸਾਲ ਜਾਂ 10 ਸਾਲ ਪੁਰਾਣੀ ਉਹ ਵੀਡੀਓ ਨੇ ਮੈਂ ਦੇਖ ਰਿਹਾ ਸੀ, ਠੀਕ ਹੈ ਜੀ, 2013-14 ਦੇ ਵਿੱਚ ਉਹ ਸੀ ਵਾਰ ਆਊਟਡੋਰ ਗਿਆ। ਉਹ ਇਸ ਲਈ ਕਰ ਰਹੇ ਸੀ ਕਿ ਉਹ ਦਰਅਸਲ ਉਦੋਂ ਸ਼ੋਰ ਦਾ ਇਸ਼ੂ ਸੀ ਅਤੇ ਰਿਕਾਰਡਿੰਗ ਵਾਸਤੇ ਜ਼ਰਾ ਆਊਟਡੋਰ ਕਰਦੇ ਸੀ, ਅੱਛੇ ਲਾਈਟਿੰਗ ਦਾ ਇਸ਼ੂ ਸੀ। ਅਤੇ ਅੱਜ ਅਸੀਂ ਜੋ ਕਿ ਮੈਨੂੰ ਯਾਦ ਆਇਆ ਕਿ ਅਸੀਂ ਇਹ ਜਿਹੜਾ ਫਾਰਮੈਟ ਬਣਾਇਆ ਹੋਇਆ ਸੀ ਸਟੂਡੀਓ ਦਾ, ਇਹਦੇ ਅੰਦਰ ਅਸੀਂ ਉਹ ਦੁਆਰਾ ਦੋਸਤਾਂ ਲਈ ਲੈ ਕੇ ਆਈਏ ਕਿ ਅਸੀਂ ਤਾਂ ਬੇਸਿਕਲੀ ਸਾਬਰ ਅਲੀ ਸਾਬਰ ਸਾਹਿਬ ਨੂੰ ਬੜੇ ਦੇਰ ਤੋਂ ਬਲਕਿ ਉਹਨਾਂ ਨੂੰ ਕਹਿ ਲਓ ਅਸੀਂ ਉਹਨਾਂ ਦਾ ਨਾ ਕਾਪੀਰਾਈਟ ਇਸਤੇਮਾਲ ਕਰ ਰਹੇ ਹਾਂ, ਅਤੇ ਜਿਹਨਾਂ ਲੋਕਾਂ ਨੂੰ ਪਤਾ ਨਹੀਂ ਸ਼ਾਇਦ, ਕਿਉਂਕਿ ਉਹਨਾਂ ਦੀ ਨਾ ਸ਼ੁਰੂ 'ਚ ਬੜੀਆਂ ਨਜ਼ਮਾਂ ਐਸੀਆਂ ਮਸ਼ਹੂਰ ਹੋ ਗਈਆਂ, ਬੜਾ ਖਿਆਲ ਉਹਨਾਂ ਦਾ ਉਸ ਬੁੱਕ 'ਚ ਮਸ਼ਹੂਰ ਹੋਇਆ। ਅਤੇ ਉਹ ਲਿਖਦੇ ਨੇ ਇੱਕ ਉਹਨਾਂ ਦੀ ਨਜ਼ਮ ਸੀ ਕਿ ਮੈਂ ਤੁਹਾਨੂੰ ਸੁਣਾ ਰਿਹਾ, ਪਹਿਲੇ ਵੀ ਤੁਸੀਂ ਸੁਣੀ ਹੋਏਗੀ ਅਤੇ ਮਸ਼ਹੂਰ ਆਮ ਹੈ ਹੁਣ ਤਾਂ ਕਈ ਲੋਕ ਉਹਨਾਂ ਨੂੰ ਜ਼ੁਬਾਨੇ ਜਦੇ ਆਮ ਹੋ ਗਈ ਕਿ ਸਿੱਖ ਪੋਇਟ ਜਿਹੜੇ ਨੇ ਬਾਹਰ ਆਸਟ੍ਰੇਲੀਆ ਕੈਨੇਡਾ 'ਚ ਉਹਨਾਂ ਨੂੰ ਬਹੁਤ ਲਾਈਕ ਕਰਦੇ ਨੇ ਜੀ। ਉਹ ਲਿਖਦੇ ਨੇ ਕਿ ਜੋ ਅੱਖਾਂ ਨੀਵੀਆਂ ਨੇ ਸ਼ੀਸ਼ਿਆਂ ਸਾਹਮਣੇ ਬਹਿ ਕੇ ਅਤੇ ਕੰਧਾਂ ਨੂੰ ਸੁਣਾਉਣੀ ਹੈ, ਬੜੀ ਲੰਮੀ ਕਹਾਣੀ ਹੈ। ਇੱਕ ਆਜ਼ਾਦ ਨਜ਼ਮ ਦੇ ਤੌਰ 'ਤੇ ਲਿਖਦੇ ਨੇ ਕਿ ਜੋ ਅੱਖਾਂ ਨੀਵੀਆਂ ਨੇ ਸ਼ੀਸ਼ਿਆਂ ਦੇ ਸਾਹਮਣੇ ਬਹਿ ਕੇ ਅਤੇ ਕੰਧਾਂ ਨੂੰ ਸੁਣਾਉਣੀ ਹੈ, ਬੜੀ ਲੰਮੀ ਕਹਾਣੀ। ਮੇਰਾ ਮਤਲਬ ਕਿ ਪਲਕਾਂ ਮੁੱਢ ਜੰਮੀ ਲੂਣੀਆਂ ਬਰਫਾਂ ਦੀ ਜਿਹੜੀ ਤੈਅ ਪੁਰਾਣੀ, ਬੜੀ ਲੰਮੀ ਕਹਾਣੀ। ਬੜਾ ਜਾਲ ਤਾਲਮੇਲ ਜੋੜਿਆ ਐਡੇ ਵੱਡੇ ਮਿਸਰੇ 'ਚ ਕਿ ਬੜੀ ਲੰਮੀ ਕਹਾਣੀ, ਮਿਸਰਾ ਵੀ ਲੰਮਾ ਹੈ ਤੁਸੀਂ ਅੰਦਾਜ਼ਾ। ਉਹ ਲਿਖਦੇ ਨੇ ਕਿ ਆਪਣਾ ਖੁਦਾ ਤਸਲੀਮ ਕੀਤਾ ਹੈ ਪਰ ਖੁਦਾ ਤਸਲੀਮ ਨਹੀਂ ਕਰਦਾ, ਖੁਦਾ ਤਸਲੀਮ ਕੀਤਾ ਹੈ ਪਰ ਖੁਦਾ ਤਸਲੀਮ ਨਹੀਂ ਕਰਦਾ, ਜਮਾਂ ਤਕਸੀਮ ਨਹੀਂ ਕਰਦਾ। ਹਾਂਜੀ, ਕਿਆ ਬਾਤ ਹੈ, ਜਮਾਂ ਤਕਸੀਮ ਨਹੀਂ ਕਰਦਾ, ਫਿਰ ਆਪੇ ਸਮਝ ਜਾਣਾ ਕਿ ਖੁਦਾਵਾਂ ਦੇ ਖੁਦਾਵਾਂ ਤੋਂ ਖੁਦਾ ਨੇ ਮਾਰ ਖਾਣੀ।
ਬੜਾ ਡੂੰਘਾ ਬੜੀ ਲੰਬੀ ਛੇਦ ਕਹਾਣੀ। ਜੀ, ਉਹ ਮੈਂ ਉਹਨਾਂ ਨੂੰ ਸਪੈਸ਼ਲੀ ਫੋਨ ਕਰਕੇ ਵੀ ਇੱਕ ਦਫਾ ਪੁੱਛਿਆ ਕਿ ਖੁਦਾ ਤੋਂ ਕੀ ਮੁਰਾਦ ਲੈ ਰਹੇ ਹੋ ਤੁਸੀਂ, ਤੇ ਉਹਨਾਂ ਨੇ ਕਿਹਾ ਜੀ ਖੁਦਾ ਤੋਂ ਮੁਰਾਦ ਲੈ ਰਹੇ ਅਮਰੀਕਾ, ਕਿ ਸੁਪਰ ਪਾਵਰ ਜਿਹੜੀਆਂ ਨੇ ਉਹ ਛੋਟੀਆਂ ਤਾਕਤਾਂ ਨੂੰ, ਛੋਟੇ ਖੁਦਾਵਾਂ ਨੂੰ ਦਬਾ ਕੇ ਸਾਰੀ ਦੁਨੀਆ ਤੇ ਹਕੂਮਤ ਕਰ ਰਹੀ ਹੁਣ ਤੁਸੀਂ ਫਲਸਤੀਨ ਵਾਲਾ। ਹਾਂ, ਤੇ ਉਹ ਕਹਿ ਦੇਣੇ ਕਿ ਮੈਂ ਸਪੈਸ਼ਲੀ ਉਹਨਾਂ ਦੇ। ਮੈਂ ਕਿਹਾ ਜੀ ਇਹ ਮਿਸਰਾ ਇੰਜ ਹੋਣਾ ਚਾਹੀਦਾ ਕਿ ਫਿਰ ਆਪੇ ਸਮਝ ਜਾਣਾ ਕਿ ਖੁਦਾਵਾਂ ਦੇ ਖੁਦਾਵਾਂ ਨੇ ਖੁਦਾ ਤੋਂ ਮਾਰ ਖਾਣੀ। ਉਹਨਾਂ ਕਿਹਾ ਨਹੀਂ ਨਹੀਂ ਇੰਜ ਨਹੀਂ ਹੈਗਾ, ਖੁਦਾਵਾਂ ਦੇ ਖੁਦਾਵਾਂ ਨੇ ਨਹੀਂ, ਖੁਦਾਵਾਂ ਦੇ ਖੁਦਾਵਾਂ ਤੋਂ ਖੁਦਾ ਨੇ ਮਾਰ ਖਾਣੀ। ਜਦੋਂ ਇਹ ਤਾਕਤਾਂ ਹੀ ਇਕੱਠੀਆਂ ਨਹੀਂ ਹੋ ਰਹੀਆਂ, ਜੇ ਇਕੱਠੀਆਂ ਹੋ ਗਈਆਂ ਫਿਰ ਇਹਨੇ ਕੋਡੀ ਖਾਣੀ, ਫਿਰ ਅਮਰੀਕਾ ਨੂੰ ਇਹਨਾਂ ਦਬਾ ਲੈਣਾ। ਫਿਰ ਅਮਰੀਕਾ ਨੂੰ ਬੁੱਟਦਾ ਇਹ ਉਦੋਂ ਹੋਏਗਾ ਜਦੋਂ ਅੱਲਾ ਚਾਹੇਗਾ। ਇਸ ਤਰ੍ਹਾਂ ਖੁਦਾ ਦੀ ਇਹ ਤਾਕਤ ਹੁੰਦੀ ਅਸਲ, ਤੇ ਉਹ ਕਹਿ ਰਹੇ ਨੇ ਕਿ ਜਮਾ ਤਕਸੀਮ ਨਹੀਂ ਕਰਦਾ ਜਦੋਂ ਅੱਲਾ ਨਹੀਂ ਚਾਹੁੰਦਾ। ਠੀਕ ਹੈ ਜੀ। ਫਿਰ ਉਹ ਕਹਿੰਦੇ ਨੇ ਜੋ ਸਾਵੇ ਲਾਲ ਕਾਲੇ ਝੰਡਿਆਂ ਦੇ ਨਾਲ ਖਹਿੰਦੇ ਨੇ ਤੇ ਸਾਨੂੰ ਯਾਰ ਕਹਿੰਦੇ ਨੇ, ਵਾਹ ਕਿਹੜੀ ਸਿਆਸਤ, ਕਿਹੜੀ ਡੈਮੋਕ੍ਰੇਸੀ, ਕਿਹੜਾ ਸਿਆਪਾ ਕਮਿਊਨਿਜ਼ਮ ਦਾ, ਕਿਹੜਾ ਦੁਨੀਆ ਦੀਆਂ ਹਕੂਮਤਾਂ ਦੀਆਂ ਕੈਟੇਗਰੀਆਂ ਤੁਸੀਂ ਦੇਖੋ। ਤੇ ਉਹ ਕਹਿੰਦੇ ਨੇ ਜੀ ਜੋ ਸਾਵੇ ਲਾਲ ਕਾਲੇ ਝੰਡਿਆਂ ਦੇ ਨਾਲ ਖਹਿੰਦੇ ਨੇ ਤੇ ਸਾਨੂੰ ਯਾਰ ਕਹਿੰਦੇ, ਅਸੀਂ ਇਹ ਸੋਚਦੇ ਕਿਉਂ ਨਹੀਂ ਕਿ ਸਾਡੇ ਖੂਨ ਪਾਣੀ ਤੇ ਇਹਨਾਂ ਦਾ ਤੇਲ ਪਾਣੀ ਹੈ। ਬੜੀ ਲੰਮੀ ਕਹਾਣੀ, ਸਾਨੂੰ ਗੁਲਾਮ ਬਣਾਇਆ। ਫਿਰ ਉਹ ਲਿਖਦੇ ਨੇ ਜੇ ਹੋਰਾਂ ਵਾਂਗ ਸਾਬਰ ਵੀ ਤੇਰੇ ਕੁੰਨ ਕੁੰਨ ਤੇ ਕੰਨ ਧਰਦਾ, ਜੇ ਹੋਰਾਂ ਵਾਂਗ ਸਾਬਰ ਵੀ ਤੇਰੇ ਕੁੰਨ ਕੁੰਨ ਤੇ ਕੰਨ ਧਰਦਾ, ਜ਼ਬਰ ਨੂੰ ਜ਼ੇਰ ਨਾ ਕਰਦਾ। ਗੱਲ ਕਹਿੰਦੀ ਸੀ ਜੇ ਜੇ ਸਾਰੇ ਲੋਕ ਇਹੀ ਸਮਝਣ ਖੁਦਾ ਦੀ ਤਰਫੋਂ ਹੈ ਜੀ ਸਾਰਾ ਕੁਛ, ਤੇ ਮਾਲਕ ਕੁੱਲ ਦੀ ਤਰਫੋਂ ਇਸ ਤਰ੍ਹਾਂ ਹੁੰਦਾ ਹੈ। ਠੀਕ ਹੈ, ਰੱਬ ਦੀ ਮਰਜ਼ੀ ਹੈ, ਲੇਕਿਨ ਕਿਹਾ ਕਿ ਸ਼ਾਇਰ ਦਾ ਤੇ ਕੰਮ ਹੁੰਦਾ ਹੈ ਸੋਚਣਾ। ਜੇ ਹੋਰਾਂ ਵਾਂਗ ਸਾਬਰ ਵੀ ਤੇਰੇ ਕੁੰਨ ਕੁੰਨ ਤੇ ਕੰਨ ਧਰਦਾ, ਜ਼ਬਰ ਨੂੰ ਜ਼ੇਰ ਨਾ ਕਰਦਾ। ਠੀਕ ਹੈ, ਇਹ ਵੱਖਰੀ ਗੱਲ ਹੈ ਕਿ ਤੇਰੇ ਆਦਮ ਤੋਂ ਪਹਿਲਾਂ ਦੀ ਮੈਂ ਕੋਈ ਰਮਜ਼ ਜਾਣੀ ਹੈ। ਬੜੀ ਲੰਮੀ ਕਹਾਣੀ, ਜਦੋਂ ਬਣਾਉਣ ਲੱਗਾ ਰੱਬ ਸਾਰਾ ਇਹਦੀ ਉਹਦਾ ਕੰਮ ਹੈ, ਲੇਕਿਨ ਇਹ ਮੈਨੂੰ ਖਿਆਲ ਆਇਆ ਕਿ ਕੰਮ ਦਰਅਸਲ ਆਦਮ ਅਲੈਹਿਸ ਸਲਾਮ ਤੋਂ ਹੀ ਪਹਿਲੇ ਦਾ, ਤੇਰੇ ਆਦਮ ਤੋਂ ਪਹਿਲਾਂ ਦੀ ਕੋਈ ਰਮਜ਼ ਜਾਣੀ ਹੈ। ਬੜੀ ਲੰਮੀ ਕਹਾਣੀ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ।